ਵੈਲਕਮ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਆ ਜੀ ਨਵੇਂ ਜੌਬ ਦਾ ਨੋਟੀਫਿਕੇਸ਼ਨ ਰਿਕਰੂਟਮੈਂਟ ਇਨ ਮੈਡੀਕਲ ਡਿਪਾਰਟਮੈਂਟ ਸੈਲਰੀ ਬਹੁਤ ਵਧੀਆ ਰਹਿਣ ਵਾਲੀ ਹੈ 1 ਲੱਖ ਪਲੱਸ ਰੈਗੂਲਰ ਬੇਸਿਸ ਤੇ ਭਰਤੀ ਆ 올 ਇੰਡੀਆ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਮੇਲ ਐਂਡ ਫੀਮੇਲ ਬੋਥ ਠੀਕ ਹੈ ਜੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਕੈਂਡੀਡੇਟਸ ਅਤੇ ਭੈਣ ਭਰਾਵਾਂ ਨੂੰ ਰਿਕੁਐਸਟ ਆ ਕਿ ਜਿਹੜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰੋ ਸੋ ਨਾਲ ਦੀ ਨਾਲ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਿਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਨੋਟੀਫਿਕੇਸ਼ਨ ਕੱਢਿਆ ਗਿਆ ਜੀ ਇੰਸਟੀਟਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸ IHBAS ਯਾਨੀ ਕਿ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟਰੇਟਰੀ ਆਫ ਦਿੱਲੀ ਡੀਲਿੰਗ ਵਿਦ ਠੀਕ ਹੈ ਜੀ ਇਹ ਗਵਰਨਮੈਂਟ ਵੈਕੈਂਸੀਆ ਠੀਕ ਹੈ ਜੀ ਡੈਲੀ ਡਿਪਾਰਟਮੈਂਟ ਵੱਲੋਂ ਕੱਢੀ ਗਈ ਹੈ ਪੋਸਟਾਂ ਤੁਸੀਂ ਦੇਖ ਸਕਦੇ ਹੋ ਜੀ ਐਪਲੀਕੇਸ਼ਨਸ ਆਰ ਇਨਵਾਈਟਡ ਫਰਮ ਦਾ ਸਿਟੀਜ਼ਨਸ ਆਫ ਇੰਡੀਆ ਫਾਰ ਦਾ ਫੋਲੋਇੰਗ ਫੈਕਲਟੀ ਪੋਸਟਸ ਔਨ ਰੈਗੂਲਰ ਬੇਸਿਸ ਠੀਕ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਕੋਲ ਨਿਊਰੋ ਸਾਈਕੋਫਾਰਮਕੋਲੋਜੀ ਤੇ ਸਾਈਕੋਲੋਜੀ ਨਿਊਰੋਲੋਜੀ ਠੀਕ ਹੈ ਜੀ ਆਹ ਲਿਸਟ ਤੁਸੀਂ ਦੇਖ ਸਕਦੇ ਹੋ ਲੈਵਲ 12 ਦੇ ਅਨਸਾਰ ਸੈਲਰੀ ਰਹਿਣ ਵਾਲੀ ਹੈ 1 ਲੱਖ ਅ 1500 ਤੋਂ ਲੈ ਕੇ 167400 ਰੈਗੂਲਰ ਬੇਸਿਸ ਤੇ ਭਰਤੀ ਹੋਣੀ ਆ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਨੀਚੇ ਹੋਰ ਦੋ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਠੀਕ ਹੈ ਜੀ ਇਹ ਵੀ ਲੈਵਲ 12 ਦੇ ਅਨਸਾਰ ਰੈਗੂਲਰ ਬੇਸਿਸ ਤੇ ਭਰਤੀ ਹੋਣੀ ਆ ਸੋ ਇਹ ਐਪਲਾਈ ਕਿੱਦਾਂ ਕਰਨਾ ਵਾ ਇਹਦੇ ਲਈ ਤੁਹਾਨੂੰ ਇਹਨਾਂ ਦੀ ਆਪਣੀ ਅਫੀਸ਼ੀਅਲ ਵੈਬਸਾਈਟ ਮੈਂਸ਼ਨ ਕੀਤੀ ਆ ਇਹਦੇ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ www.ihbas.delhigovt.nic.in ਠੀਕ ਹੈ ਜੀ ਤੇ ਬਾਕੀ ਅਪਲਾਈ ਇਹ ਆਪਣੀ ਜਿੱਦਣ ਤੋਂ ਡੇਟ ਪਬਲਿਸ਼ ਹੋਈ ਆ ਇਹ ਮਤਲਬ ਨੋਟੀਫਿਕੇਸ਼ਨ ਆਇਆ ਉਹਦੇ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਆਪਦੇ ਜਿਹੜੇ ਡਾਕੂਮੈਂਟ ਆ ਉਹ ਪਰਫਾਰਮਾ ਫਿਲ ਕਰਕੇ ਉਹਦੇ ਨਾਲ ਲਾ ਕੇ ਇਹ ਡਿਪਾਰਟਮੈਂਟ ਇੱਥੇ ਭੇਜਣੇ ਹੋਣਗੇ ਆ ਦੇਖੋ ਜੀ ਆ ਦੇਖੋ ਇਹ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਇੰਟਰਸਟਿਡ ਐਂਡ ਐਲੀਜੀਬਲ ਕੈਂਡੀਡੇਟਸ ਮੇ ਅਪਲਾਈ ਵਿਦ appropriate format photograph along with a duty attested copy qualification experience certificate etc demand draft of 1000 theek hai ji expected एससी एसटी एंड पीडब्ल्यू ਉਹਨਾਂ ਨੇ ਨਹੀਂ ਦੇਣਾ ఇన్ ਫੇਵਰ ਆਫ ਡਾਇਰੈਕਟਰ IHBS अपर एज लिमिट इज रलेक्सेबल फॉर शेड्यूल कास्ट ठीक है जी सो so, ਇਹ 1000 ਦਾ ਡਿਮਾਂਡ ਆਫ ਡਰਾਫਟ ਬਣਾਉਣਾ ਹੋਵੇਗਾ ਤੇ ਇਹ ਇੱਥੇ ਤੁਸੀਂ ਭੇਜਣਾ ਹੋਵੇਗਾ ਇਸ ਐਡਰੈਸ ਤੇ ਠੀਕ ਹੈ ਜੀ ਆਪਦੇ ਸਾਰੇ ਡਾਕੂਮੈਂਟ ਤੇ ਪਰਫਾਰਮਾ ਫਿਲ ਕਰਕੇ ਜਿਹੜਾ ਪਰਫਾਰਮਾ ਵਾ ਉਹ ਤੁਹਾਨੂੰ ਆ ਦੇਖੋ ਇਹਦੇ ਵਿੱਚ ਹੀ ਆ ਕੁਆਲਿਫਿਕੇਸ਼ਨ ਵੀ ਨੀਚੇ ਦਿੱਤੀ ਹੋਈ ਆ ਠੀਕ ਆ ਕਿਹੜੀ ਪੋਸਟ ਲਈ ਕਿਹੜੀ ਕੁਆਲਿਫਿਕੇਸ਼ਨ ਚਾਹੀਦੀ ਆ ਤੇ ਨੀਚੇ ਪਰਫਾਰਮਾ ਵੀ ਦਿੱਤਾ ਵਾ ਤੇ ਇਹ ਤੁਸੀਂ ਆਪਦਾ ਸਾਰਾ ਪਰਫਾਰਮਾ ਫਿਲ ਕਰਕੇ ਇਹ ਉੱਤੇ ਦਿੱਤੇ ਐਡਰੈਸ ਤੇ ਭੇਜਣਾ ਹੋਵੇਗਾ ਤੇ ਬਾਕੀ ਇਹਦੀ ਪੀਡੀਐਫ ਆ ਜਿਹੜੀ ਉਹ ਆਪਾਂ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਵਾ ਦਿੰਨੇ ਆ ਉੱਥੋਂ ਤੁਸੀਂ ਡਾਊਨਲੋਡ ਕਰਕੇ ਆਪਦੇ ਫੋਨ ਦੇ ਵਿੱਚ ਆ ਆਰਾਮ ਨਾਲ ਇਸ ਨੂੰ ਰੀਡ ਕਰਕੇ ਅਪਲਾਈ ਕਰ ਸਕਦੇ ਹੋ ਸੋ एलिजिਬਲ ਕੈਂਡੀਡੇਟ ਅਪਲਾਈ ਜ਼ਰੂਰ ਕਰਨ ਉਮੀਦ ਆ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਜੇ ਇਨਫੋਰਮੇਸ਼ਨ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਧੰਨਵਾਦ